ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਮੈਂ ਤੁਹਾਡਾ ਆਪਣਾ ਰਾਜੂ ਗੁਪਤਾ। ਅੱਜ ਦੀ ਵੀਡੀਓ ਛੋਟੀ ਹੋਵੇਗੀ ਥੋੜ੍ਹੀ ਜੀ, ਪਰ ਇਨਫੋਰਮੇਟਿਵ ਅਤੇ ਤੁਹਾਡੇ ਸਿਹਤ ਦੇ ਲਈ ਬੜੀ ਚੰਗੀ ਹੋਵੇਗੀ। ਇਸ ਵਕਤ ਗਰਮੀ ਦੇ ਦਿਨ ਚੱਲ ਰਹੇ ਨੇ, ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਤੁਹਾਨੂੰ ਕੀ ਕੁਝ ਪੀਣਾ ਚਾਹੀਦਾ, ਕੀ ਕੁਝ ਨਹੀਂ ਪੀਣਾ ਚਾਹੀਦਾ ਹੈ, ਉਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਅੱਜ ਅਸੀਂ ਇੱਕ ਛੋਟੀ ਜਿਹੀ ਕਾਟ ਦੇ ਉੱਤੇ ਖੜੇ ਹਾਂ, ਜਿਸ ਜਗ੍ਹਾ ਦੇ ਉੱਤੇ ਇੱਕ ਅੰਕਲ ਵੱਲੋਂ 50 ਸਾਲ ਤੋਂ ਲੋਕਾਂ ਨੂੰ ਨਿੰਬੂ ਪਾਣੀ ਪਿਲਾਇਆ ਜਾ ਰਿਹਾ ਹੈ। ਹੁਣ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਇਸ ਚੀਜ਼ ਨੂੰ ਜਿਹੜਾ ਹੈ ਉਹ ਸਾਂਭ ਰਹੇ ਨੇ। ਜਦੋਂ ਇਹਨਾਂ ਨੇ ਸ਼ੁਰੂ ਕੀਤਾ ਸੀਗਾ, ਅੰਕਲ ਨੇ ਨਿੰਬੂ ਪਾਣੀ ਪਿਲਾਉਣਾ, ਤਾਂ ਉਸ ਵਕਤ 1 ਰੁਪਏ ਤੋਂ ਨਿੰਬੂ ਪਾਣੀ ਜਿਹੜਾ ਹੈ ਉਹ ਪਿਲਾਇਆ ਜਾਂਦਾ ਸੀ। ਅੱਜ ਉਸ ਨਿੰਬੂ ਪਾਣੀ ਦਾ ਗਲਾਸ ਦਾ ਰੇਟ ਇਹਨਾਂ ਨੇ 20 ਰੁਪਏ ਰੱਖਿਆ ਹੈ। ਇਸ ਜ਼ਮਾਨੇ ਦੇ ਵਿੱਚ 20 ਰੁਪਈਆ ਕੋਈ ਵੀ ਮਾਇਨੇ ਨਹੀਂ ਰੱਖਦਾ, ਪਰ ਲੋਕਾਂ ਨੂੰ ਇਹ ਸਿਹਤ ਬਣ ਰਹੇ ਨੇ ਅਤੇ ਅੱਛੀ ਚੀਜ਼ ਜਿਹੜਾ ਹੈ ਉਹ ਲੋਕਾਂ ਨੂੰ ਪਿਲਾ ਰਹੇ ਨੇ। ਅੰਕਲ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਛੋਟੀ ਜਿਹੀ ਕਾਟ ਦੇਖੋ, ਇਹ ਛੋਟੀ ਜਿਹੀ ਕਾਟ ਦੇ ਉੱਤੇ ਅੰਕਲ ਜਿਹੜਾ ਹੈ ਉਹ ਨਿੰਬੂ ਪਾਣੀ ਲੋਕਾਂ ਨੂੰ ਪਿਲਾਉਂਦੇ ਨੇ। ਗੱਲਬਾਤ ਅੰਕਲ ਦੇ ਨਾਲ ਕਰਾਂਗੇ। ਅੰਕਲ ਬਹੁਤ ਬਹੁਤ ਸ਼ੁਕਰੀਆ ਅਤੇ ਸਵਾਗਤ ਹੈ ਤੁਹਾਡਾ, ਤੁਸੀਂ ਸਮਾਂ ਦਿੱਤਾ ਮੈਨੂੰ। ਹਾਂਜੀ, ਮੈਂ ਬਸ ਜਾਣਨਾ ਚਾਹੂੰਗਾ, ਪਹਿਲਾਂ ਤੁਸੀਂ ਇਹ ਜ਼ਰੂਰ ਦੱਸੋ, ਦਰਸ਼ਕ ਜਿਹੜੇ ਦੇਖ ਰਹੇ ਨੇ, ਕਿੰਨੇ ਚਿਰ ਤੋਂ ਤੁਸੀਂ ਜਿਹੜਾ ਹੈ ਉਹ ਰੇੜੀ ਲਗਾ ਰਹੇ ਹੋ? 50-60 ਸਾਲ ਹੋ ਗਏ। 60 ਸਾਲ? ਅੱਛਾ, 60 ਸਾਲ ਹੋ ਗਏ ਨੇ ਤੁਹਾਨੂੰ? ਇੱਥੇ ਇੱਕੋ ਜਗ੍ਹਾ ਤੇ। ਤੁਹਾਡੀ ਉਮਰ ਕਿੰਨੀ ਹੈ? 80 ਸਾਲ ਦੀ। ਮਤਲਬ 20 ਸਾਲ ਦੀ ਉਮਰ 'ਚ ਤੁਸੀਂ ਜਿਹੜਾ ਲਗਾਉਣਾ ਸ਼ੁਰੂ ਕੀਤਾ? 18-19 ਸਾਲ ਦੀ ਉਮਰ ਸੀ, 20 ਸਾਲ ਸਮਝ ਲਓ। ਅੱਛਾ, ਤੇ ਜਦੋਂ ਤੁਸੀਂ ਲਗਾਉਣਾ ਸ਼ੁਰੂ ਕੀਤਾ ਸੀਗਾ ਨਿੰਬੂ ਪਾਣੀ, ਉਦੋਂ ਕਿੰਨੇ ਰੁਪਏ ਦਾ ਤੁਸੀਂ ਲਾਇਆ ਸੀਗਾ? 1 ਰੁਪਏ ਦਾ ਗਲਾਸ। ਅੱਛਾ, ਉਸ ਤੋਂ ਬਾਅਦ? 5 ਰੁਪਏ ਦਾ ਹੋਇਆ, ਫਿਰ 10 ਦਾ ਹੋਇਆ, ਫਿਰ 15 ਦਾ ਹੋਇਆ, ਹੁਣ 20 ਆ। ਤੇ ਜਦੋਂ 1 ਰੁਪਈਏ ਦਾ ਗਲਾਸ ਸੀਗਾ ਉਦੋਂ ਲੋਕ ਕਿਹੋ ਜਿਹੇ ਸੀਗੇ? ਉਦੋਂ ਲੋਕ ਪੀਂਦੇ ਸੀ ਜਿੰਨਾ ਅੱਜ ਪੀਂਦੇ ਨੇ? ਬਹੁਤ ਅੱਛੇ ਸੀਗੇ, ਹੁਣ ਨਹੀਂ, ਉਦੋਂ ਠੀਕ ਸੀ ਕੰਮ। ਮੇਰੇ 5 ਰੁਪਏ ਦਾ ਗਲਾਸ ਸੀ, ਉਦੋਂ ਵੀ ਬਹੁਤ ਸ਼ਾਨਦਾਰ ਸੀ ਕੰਮ। ਹਾਂ, ਹੁਣ 20 ਰੁਪਏ ਦਾ ਕੀਤਾ ਤੇ ਵਿਹਲੇ ਬਹਿ ਗਏ ਹਾਂ, ਦੇਖਦੇ ਫਿਰ ਕਦੇ ਕੋਈ ਗਾਹਕ ਆਵੇ। ਮੇਰੇ 5 ਰੁਪਏ ਦਾ ਗਲਾਸ ਸੀ, ਬਹੁਤ ਸ਼ਾਨਦਾਰ ਰਹੇ ਹਾਂ। 10 ਰੁਪਏ ਦਾ ਸੀਗਾ, ਬਹੁਤ ਅੱਛਾ ਸੀ। 20 ਰੁਪਏ ਦਾ ਬਹੁਤ ਜ਼ਿਆਦਾ ਸੀ, ਪਰ ਲੋਕ ਪੀ ਜਾ ਰਹੇ ਫਿਰ। ਤੁਸੀਂ ਸਿਹਤ ਬਣ ਰਹੇ ਹੋ, ਬੜੀ ਵਧੀਆ ਗੱਲ ਹੈ। ਅੱਜ ਕੱਲ੍ਹ ਦੇ ਇਸ ਜ਼ਮਾਨੇ ਦੇ ਵਿੱਚ ਇਹ ਕੰਮ ਤਾਂ ਮੈਨੂੰ ਲੱਗਦਾ ਲੋਕੀ ਕੀਤਾ ਭੁੱਲ ਹੀ ਗਏ ਨੇ, ਛੱਡ ਹੀ ਦਿੱਤਾ ਲੋਕਾਂ ਨੇ ਕੀਤਾ, ਹੈਨਾ? ਤੁਸੀਂ ਫਿਰ ਵੀ ਤੁਸੀਂ ਇਹ ਕੀਤਾ ਅਪਣਾ ਰਹੇ ਹੋ, ਘਰ ਦੇ ਵਿੱਚ ਤੁਹਾਡੇ ਬੱਚੇ ਵੀ ਹੁਣ ਇਸ ਨੂੰ ਚਲਾ ਰਹੇ ਨੇ, ਬੱਚੇ ਬੁਰਾ ਤਾਂ ਨਹੀਂ ਮੰਨਦੇ ਇਸ ਵੱਲ? ਨਹੀਂ ਨਹੀਂ, ਉਹ ਸਮਾਂ ਨਾਲ ਮਿਹਨਤ ਕਰਾਉਂਦੇ ਆ, ਸਵੇਰੇ ਉੱਠ ਕੇ ਨਾਲ ਪੁਦੀਨਾ ਵਗੈਰਾ ਤੋੜਦੇ ਆ, ਮੰਡੀ ਜਾ ਜਾਂਦੇ ਆ, ਹੁਣ ਮੋਟਰਸਾਈਕਲ ਲੈ ਕੇ ਆ, ਫਟਾਫਟ ਜਾ ਕੇ ਸਮਾਨ ਲੈ ਜਾਂਦੇ ਮੰਡੀ ਨੂੰ। ਨਿੰਬੂ ਤਾਂ ਬੜੇ ਮਹਿੰਗੇ ਹੋ ਗਏ ਨੇ, ਨਿੰਬੂ ਸਸਤਾ ਹੈ? ਸਸਤੇ ਨੇ ਇਸ ਵਕਤ? ਕੀ ਰੇਟ ਨਿੰਬੂ ਮਿਲ ਜਾਂਦੇ ਨੇ? 60 ਰੁਪਏ ਕਿਲੋ। 60 ਰੁਪਏ ਕਿਲੋ? ਤੇ ਲੋਕਾਂ ਨੂੰ ਤੁਸੀਂ ਨਿੰਬੂ ਦੇ ਨਾਲ ਨਾਲ ਹੋਰ ਕਿਹੜੀਆਂ ਕਿਹੜੀਆਂ? ਜਲਜੀਰਾ ਲਗਾਇਆ, ਜਲਜੀਰਾ ਲਗਾਇਆ ਜੀ, ਜਲਜੀਰਾ ਬਹੁਤ ਟੇਸਟੀ ਹੈ, 600 ਰੁਪਏ ਕਿਲੋ ਹੁੰਦਾ। ਅੱਛਾ, ਮੈਨੂੰ ਇਹ ਜ਼ਰੂਰ ਦੱਸੋ ਕਿ ਤੁਸੀਂ ਨਿੰਬੂ ਪਾਣੀ ਜੋ ਪਿਲਾ ਰਹੇ ਹੋ ਲੋਕਾਂ ਨੂੰ, ਇਸ ਦੇ ਵਿੱਚ ਕੀ ਚੀਜ਼ਾਂ ਤੁਸੀਂ ਪਾਉਂਦੇ ਹੋ? ਇਹ ਬਣਿਆ ਬਣਾਇਆ ਲਿਆਉਂਦੇ ਹਾਂ ਜੀ, ਰੈਡੀਮੇਡ, ਉਹਦੇ ਵਿੱਚ ਜੀਰਾ, ਕਾਲੀ ਮਿਰਚ, ਕਾਲੀ ਮਿਰਚ, ਲੌਂਗ, ਇਲਾਇਚੀ, ਦਾਲਚੀਨੀ, ਅਨਾਰਦਾਨਾ, ਉਹਨਾਂ ਨੇ ਵੀ ਮਿਕਸ ਕੀਤਾ ਹੁੰਦਾ। ਘਰੋਂ ਬਣਾ ਕੇ? ਨਹੀਂ, ਅਸੀਂ ਦੁਕਾਨ ਤੋਂ ਲੈਂਦੇ ਹਾਂ ਤੇ ਫਿਰ ਘਰ ਤਿਆਰ ਕੇ ਕਰਦੇ ਹਾਂ। ਮਤਲਬ ਕਿ 20 ਕਿਲੋ ਪਾਣੀ ਤੇ 250 ਗ੍ਰਾਮ ਮਸਾਲਾ। ਮਤਲਬ ਕਿ ਪਹਿਲਾਂ ਤੁਸੀਂ ਲੈ ਕੇ ਆਉਂਦੇ ਹੋ ਦੁਕਾਨ ਤੋਂ ਸਾਰਾ ਸਮਾਨ, ਤੇ ਉਸ ਤੋਂ ਬਾਅਦ ਘਰ ਦੇ ਵਿੱਚ ਲਿਆ ਕੇ ਸਾਰਾ ਕੁਝ ਤਿਆਰ ਕਰਦੇ ਹੋ, ਕਿੰਨਾ ਕੁ ਸਮਾਂ ਲੱਗ ਜਾਂਦਾ? ਇਕੱਠਾ ਕੇ ਲੈ ਰੱਖਿਆ ਲੱਗ ਜਾਂਦਾ ਜੀ, ਕੋਈ 500 ਰੁਪਏ ਦਾ ਰੋਕੀ ਰੋਜ਼ ਕਮਾਈ ਹੋ ਜਾਂਦੀ ਹੈ 500? ਹਾਂ, ਵਧੀਆ ਇੱਥੇ ਹੋ ਜਾਂਦੀ ਹੈ, ਤਾਂਹੀਓ ਮੈਨੂੰ ਲੱਗਦਾ 60 ਸਾਲ ਤੋਂ ਤੁਸੀਂ ਇਸ ਜਗ੍ਹਾ ਤੇ ਦੁਕਾਨ ਲਗਾਈ ਹੈ। ਹੋਰ ਬਗਾਨ ਵੀ ਬਣ ਕੇ ਆਪਣਾ ਸਭ ਕੁਝ ਹੋ ਗਿਆ। ਅੰਕਲ ਤੁਸੀਂ ਇੱਕ ਗਲਾਸ ਜ਼ਰੂਰ ਲਗਾ ਦਿਓ ਸਾਨੂੰ, ਅਸੀਂ ਜ਼ਰੂਰ ਲੋਕਾਂ ਨੂੰ ਜ਼ਰੂਰ ਦਿਖਾਵਾਂਗੇ ਕਿ ਤੁਸੀਂ ਲੋਕਾਂ ਨੂੰ ਪਿਲਾ ਰਹੇ ਹੋ। ਤਾਂ ਹਾਂ, ਤਾਂ ਦੇਖੋ ਅੰਕਲ ਨੇ ਗਲਾਸ ਲਗਾਉਣਾ ਹੈ, ਗਲਾਸ ਦੇ ਵਿੱਚ ਕੀ ਕੁਝ ਹੈ? ਇਹ ਕੀ ਹੈ ਅੰਕਲ? ਇਹ ਤਾਂ ਪਾਣੀ ਗਲਾਸ ਧੋਣ ਲੱਗਾ, ਹੁਣ ਬਣਾਊਂਗਾ ਜਲਜੀਰਾ। ਹਾਂ ਦੇਖੋ ਦਰਸ਼ਕੋ, ਇਹ ਜਲਜੀਰਾ ਆਟੋ ਆਪਣੇ ਆਪ ਬਣਾਉਂਦੇ ਨੇ, ਸਾਰਾ ਕੁਝ ਤਿਆਰ ਆਪ ਕਰਦੇ ਨੇ, ਤੇ ਹਾਂ ਜ਼ਰੂਰ ਸਾਰਾ ਕੁਝ ਜੋ ਤੁਹਾਨੂੰ ਚੰਗਾ ਲੱਗਦਾ। ਇਹ ਤੁਸੀਂ ਮਿੱਠਾ ਪਾਇਆ? ਹਾਂਜੀ ਹਾਂਜੀ, ਹੁਣ ਨਿੰਬੂ ਪਾਊਂਗਾ। ਤੇ ਆਹ ਹੁਣ ਤੁਸੀਂ ਦੇਖੋ ਨਿੰਬੂ, ਨਿੰਬੂ ਦਾ ਇੱਕ ਪੂਰਾ ਅੱਧਾ ਜਾਂਦਾ। ਹਾਂਜੀ ਹਾਂਜੀ, ਇਹ ਪੁਦੀਨੇ ਦੀ ਚਟਨੀ ਹੈ ਜੀ, ਅਨਾਰਦਾਨਾ, ਪੁਦੀਨਾ, ਹਰੀ ਮਿਰਚ, ਇਮਲੀ ਵਗੈਰਾ ਨਹੀਂ, ਲੋਕ ਇਮਲੀ ਪਾ ਕੇ ਬਣਾਉਂਦੇ ਜ਼ਿਆਦਾ, ਆਪਾਂ ਇਮਲੀ ਕੋਲ। ਇਮਲੀ ਕਿਉਂ ਨਹੀਂ ਪਾਉਂਦੇ ਤੁਸੀਂ?
ਨਹੀਂ ਮੈਨੂੰ ਕਾਫੀ ਸਾਲ ਹੋ ਗਏ ਜੀ ਖੜੇ ਨੂੰ ਮੇਰੇ ਕੋਲ ਗਾ ਜੈਂਟਸ ਹੀ ਹੁੰਦੇ ਲੇਡੀਜ਼ ਘੱਟ ਹੈ ਅੱਛਾ ਮਤਲਬ ਲੇਡੀਜ਼ ਜ਼ਿਆਦਾ ਪਸੰਦ ਕਰਦੀ ਹੈ ਇਮਲੀ ਪੀਣਾ ਅੱਛਾ ਜੀਨਸ ਤੁਹਾਡੇ ਕੋਲ ਜ਼ਿਆਦਾ ਹੁੰਦੀ ਅੱਛਾ ਤਾਂ ਇਹ ਗਲਾਸ ਤਿਆਰ ਹੋ ਗਿਆ ਅੱਛਾ ਬਿਲਕੁਲ ਆ ਦੇਖੋ ਤੁਸੀਂ ਗਲਾਸ ਹੈ ਇਹ ਗਲਾਸ ਜਿਹੜਾ ਹੈ 20 ਰੁਪਏ ਦਾ ਤੁਹਾਨੂੰ ਮਿਲੇਗਾ ਤੇ ਬੜਾ ਹਰਾ ਭਰਿਆ ਗਲਾਸ ਹੈ ਇਸ ਦੇ ਵਿੱਚ ਬੜੀਆਂ ਚੀਜ਼ਾਂ ਨੇ ਅੱਛਾ ਅੰਕਲ ਇਹਦੇ ਫਾਇਦੇ ਕੀ ਨੇ ਠੰਡਾ ਹੁੰਦਾ ਤੇ ਸਰੀਰ ਦੀ ਠੰਡੀ ਹੈ ਪੇਟ ਸਾਫ਼ ਰਹਿੰਦਾ ਇਹ ਪੀਣਾ ਪੇਟ ਸਾਫ਼ ਰਹਿੰਦਾ इस वक्त गर्मी के दिन चल रहे ने इन्हां गर्मी के दिनों दे विच लोग सोचते हैं कि वधिया चीज़ सानू पीण नू मिल जाए ये अच्छी चीज़ है उन्होंने लिए हाँ बिल्कुल लोग सर्दियों भी पीन आते बड़ी बड़ी दूरों आते लोग पीन कितों हाँ जी कितों कितों आते हैं लोग हाँ लोग दूरों दूरों आते लोग आ भी गा कहते इन्नी दूरों आए यार ध्यान रखी अच्छा अंकल एक बार लोकेशन दस दो जिस जगह के उत्ते कैरी बुली है जी ये ਕੈਰੀ ਬੁਲੀ ਕਹਿੰਦੇ ਕੋਡ ਕਿਸ਼ਨ ਜਨ ਕੈਰੀ ਬੁਲੀ ਜੇਕਰ ਆਉਣਾ ਹੋਵੇ ਤੁਹਾਡੇ ਕੋਲ ਤਾਂ ਕਿਸੇ ਨੂੰ ਪੁੱਛ ਲੈਣ ਕੈਰੀ ਬੁਲੀ ਜਾਣਾ ਸੀ ਕੈਰੀ ਬੁਲੀ ਇਹ ਤੁਹਾਡੇ ਹੁਣ ਕਿੰਨੇ ਕੁ ਦੋ ਬੱਚੇ ਲਗਾਉਂਦੇ ਨੇ ਇਸ ਜਗ੍ਹਾ ਤੇ ਉੱਤੇ ਹਾਂ ਉਧਰ ਬੇਟਾ ਮੇਰਾ ਵੱਡਾ ਹੈ ਇਧਰ ਛੋਟਾ ਛੋਟੇ ਬੇਟੇ ਦੇ ਨਾਲ ਤੁਸੀਂ ਹੁਣ ਨਹੀਂ ਮੈਂ 2 ਘੰਟੇ ਹੀ ਉਹਨਾਂ ਕਰੋ ਬਸ ਅੱਛਾ ਘੰਟਾ 2 ਘੰਟੇ ਇਹ ਵੀ ਜਿੱਦ ਕਰਦੇ ਕੀ ਆ ਜਾਇਆ ਕਰੋ ਮੈਂ ਉਹਨਾਂ ਹੀ ਕਰਵਾਈ ਨਾ ਕਰੋ ਕਹਿੰਦੇ फिर आ जाने घटा 2 घंटे टाइम पास हो चलो ठीक है जी बिल्कुल तो वीडियो छोटी है पहले ही मैं माफ़ी मांग ली सी तुहाडे को वीडियो छोटी होगी पर इनफॉर्मेटिव होगी अंकल जी ने जो कि 50-60 साल तो इस जगह के उत्ते नींबू पानी लोगों को पिला रहे हैं तो बड़ा ही स्वादिष्ट नींबू पानी लोगों को पिलाते हुए नज़र आ रहे हैं उम्मीद करते हैं वीडियो चंगी लगी होगी चंगी लगी है वो तो वीडियो जरूर शेयर करो कैमरा परसन पंकज के नाल राजू गुप्ता जलंधर